देखो मन मन कुछ गल्लां सीगियां जिहड़े घरेलू साडे सी जिहड़ा डिस्प्यूट सीगा उह अज खत्म हो गया जी बस इही सीगा बस कुछ गलत फहमियां सीगियां बच्चां नूं जां मैनूं सी उह दूर हो गईआं ते बस तीसरे बंदे दा कोई कम नहीं साडी फैमिली दे विच बस असीं आपस विच ठीक रहांगे कोई भी रिश्तेदार भाई भरा कोई भी साडा भी आ जां इधरों भी आ कोई भी उह उहनां नूं पता होगा जी मैं मैनूं नहीं पता क्योंकि मैनूं हजे देखांगे लड़ांगे जिथे तक लड़ो ना जो जो एलीगेशन मेरे ते लगे आ ना वो एलीगेशन सारे क्लियर करूगा सैटिस्फाई फेर होवांगे ठीक है। वुमेन कमीशन ने तुहाडा इंसाफ नहीं कीता इंसाफ कीता नहीं कीता पर हम असी DSP को जावांगे उत्थे करांगे जो भी करना गल क्लीयर करांगे ठीक है क्योंकि मेरी बेटी छोटी कल साढ़े तक इंस्ट्रक्शन मिली है कि तुसी इंटरफेयर ਉਹਦਾ ਤੁਸੀਂ ਉਹਦਾ ਕੀ ਕਾਰਨ ਹੈ ਕਿ ਤੁਸੀਂ ਇੰਟਰਫੇਅਰ ਕਰਦੇ ਸੀ ਕਿ ਫੈਮਿਲੀ ਚੋਦੇ ਇੰਟਰਫੇਅਰ ਸਰ ਕੋਈ ਨਹੀਂ ਕਰਦੀ ਸੀ ਦੇਖੋ ਮਾਪੇ ਨਾ ਹੋਵੇ ਸਪੋਰਟ ਲਈ ਕੋਈ ਤਾਂ ਕੋਈ ਚਾਹੀਦਾ ਠੀਕ ਹੈ ਜੀ ਜੇ ਸਪੋਰਟ ਕਰਦੇ ਸੀ ਤੇ ਉਹਦੇ ਤੇ ਸਾਡੇ ਹੈਵੀ ਹੁੰਦਾ ਸੀ ਅੱਜ ਜੇ ਅਸੀਂ ਖੜੇ ਆ ਆਪਣੀ ਭੈਣ ਲਈ ਖੜੇ ਆ ਜੇ ਉਹਦਾ ਘਰ ਬਸਦਾ ਸਾਨੂੰ ਕੋਈ ਦਿੱਕਤ ਨਹੀਂ ਸਰ ਇੰਟਰਫੇਅਰ ਦੀ ਕੋਈ ਗੱਲ ਨਹੀਂ ਹੈਗੀ ਇੰਟਰਫੇਅਰ ਦੀ ਕੋਈ ਗੱਲ ਨਹੀਂ ਫਿਲਹਾਲ ਗੱਲ ਇਹ ਹੈ ਕਿ ਚਲੋ ਆਪਣੇ ਘਰ ਜੇ ਖੁਸ਼ੀ ਖੁਸ਼ ਆ ਤੇ ਵਧੀਆ ਤੇ ਅੱਜ ਪਰਸਨਲ ਹੇਅਰਿੰਗ ACP ਕ੍ਰਾਈਮ ਧਰਮਪਾਲ ਜੀ ਜਲੰਧਰ ਦੇ ਉਹਨਾਂ ਨੂੰ ਇੱਥੇ ਸਪੈਸ਼ਲੀ ਬੁਲਾਇਆ ਹੋਇਆ ਸੀ ਉਹਨਾਂ ਦੀ ਵਾਈਫ ਵੀ ਆਈ ਹੋਈ ਸੀ ਪਹਿਲੇ ਲੈਮਰ ਹੁਸੈਨ ਖੁਦ ਜਿਹੜੀ ਫਸਟ ਹੇਅਰਿੰਗ ਵਿੱਚ ਆਈ ਸੀ ਇੱਕ ਪੋਜ਼ਿਟਿਵ ਥਿੰਗ ਗਈ ਹੋਈ ਸੀ ਕਿ ਪਰਿਵਾਰ ਦੇ ਅਗੇਂਸਟ ਨਹੀਂ ਸੀ ਉਹ ਬੰਦਾ ਆਪਣੀ ਵਾਈਫ ਦੇ ਨਾਲ ਬਾਰੇ 'ਚ ਕੁਛ ਅਗੇਂਸਟ ਨਹੀਂ ਕਿਹਾ ਸੀ ਸਿਰਫ ਕੰਸਰਨ ਕੁਛ ਰਿਸ਼ਤੇਦਾਰਾਂ ਨੂੰ ਲੈ ਕੇ ਸੀ ਬੱਚਿਆਂ ਵਾਸਤੇ ਇੱਕ ਪੋਜ਼ਿਟਿਵ ਥਿੰਗ ਸੀ ਕਿ ਹਰ ਮਾਪਿਓ ਦਾ ਸੁਪਨਾ ਹੁੰਦਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਉਹਦੀਆਂ ਬਹੁਤ ਸਾਰੀਆਂ ਗੱਲਾਂ ਮੈਨੂੰ ਜੈਨੂਇਨ ਲੱਗੀਆਂ ਸੀ ਤੇ ਇਸ ਕਰਕੇ ਉਹਨੂੰ ਸਪੋਰਟ ਕੀਤਾ ਸੀ ਕਿਉਂਕਿ ਉਹਦੀ ਵਾਈਫ ਦੀ ਸਟੇਟਮੈਂਟ ਨਹੀਂ ਲਿੱਤੀ ਸੀ ਅੱਜ ਵਾਈਫ ਨੂੰ ਬੁਲਾਇਆ ਗਿਆ ਸੀ ਅੱਜ ਉਹ ਆਏ ਪਹਿਲੇ ਵਾਈਫ ਨੂੰ ਹੀ ਸੁਣਿਆ ਗਿਆ ਤੇ ਜਿਹੜੀਆਂ ਕੁਛ ਸ਼ਿਕਾਇਤਾਂ ਸੀ ਕਿ ਟਾਈਮਿੰਗ ਨੂੰ ਲੈ ਕੇ ਕਿ ਉਹਦਾ ਇੱਕ ਅਗਰੈਸ਼ਨ ਨਿਕਲ ਕੇ ਲੈਮਰ ਦਾ ਫੈਮਿਲੀ ਉੱਤੇ ਆਉਂਦਾ ਤੇ ਉਹਦੀ ਵਾਈਫ ਦੀ ਕਾਉਂਸਲਿੰਗ ਥੋੜ੍ਹੀ ਕੀਤੀ ਗਈ ਕਿ ਜਦੋਂ ਇਨਸਾਨ ਇੱਕ ਇਹੋ ਜਿਹੇ ਪ੍ਰੋਫੈਸ਼ਨ ਵਿੱਚ ਹੁੰਦਾ ਕੋਵਿਡ ਦੀ ਸਿਚੁਏਸ਼ਨ ਨੇ ਸਟ੍ਰੈਸ ਵਧਿਆ ਹੋਇਆ ਹੋਵੇ ਉਹਨਾਂ ਚੀਜ਼ਾਂ ਕੰਪੀਟੀਸ਼ਨ ਇੰਨਾ ਵੱਧ ਗਿਆ ਉਸ ਪ੍ਰੋਫੈਸ਼ਨ ਵਿੱਚ ਵੀ ਸਿੰਗਿੰਗ ਜਿਹੜਾ ਉਹਨਾਂ ਦਾ ਪ੍ਰੋਫੈਸ਼ਨ ਹੈ ਥੋੜ੍ਹਾ ਜਿਹਾ ਸਮਝਾਇਆ ਗਿਆ ਕਿ ਕਈ ਵਾਰੀ ਚੀਜ਼ਾਂ ਇਹ ਪਾਰਟ ਆਫ ਇੰਡੀਅਨ ਫੈਮਿਲੀ ਦਾ ਇੱਕ ਹਿੱਸਾ ਹੈ ਕਿ ਅੱਜ ਵੀ ਚੀਜ਼ਾਂ ਨਿਕਲ ਕੇ ਆਉਂਦੀਆਂ ਸਮਝਾਇਆ ਬੜੀ ਖੁਸ਼ੀ ਉਸ ਚੀਜ਼ਾਂ ਨੂੰ ਸਮਝੀ ਮੇਨ ਜਿਹੜਾ ਕੰਸਰਨ ਸੀ ਰਿਸ਼ਤੇਦਾਰਾਂ ਨੂੰ ਲੈ ਕੇ ਸੀ ਜਿਸ ਕਰਕੇ ਚੀਜ਼ਾਂ ਇਹਨਾਂ ਹਸਬੈਂਡ ਵਾਈਫ ਔਰ ਬੱਚੇ ਪੇਸ ਰਹੇ ਸਰ ਬੱਚਿਆਂ ਨੂੰ ਮੈਂ ਪੁੱਛਿਆ ਕਿ ਕਿਆ ਪਾਪਾ ਮਾਰਦੇ ਕੁੱਟਦੇ ਨੇ ਬੱਚੇ ਕਹਿੰਦੇ ਸੀ ਪੜ੍ਹਾਈ ਨੂੰ ਲੈ ਕੇ ਕਿ ਸਾਰਾ ਦਿਨ ਔਨਲਾਈਨ ਕਲਾਸਿਸ ਹੋ ਰਹੀਆਂ ਨੇ ਮੋਬਾਈਲ 'ਤੇ ਉਹ ਲੈਂਬਰ ਨੂੰ ਸਮਝਾ ਦਿੱਤਾ ਗਿਆ ਕਿ ਟਾਈਮ ਹੀ ਇੱਦਾਂ ਦਾ ਔਨਲਾਈਨ ਹੀ ਸਾਰਾ ਕੁਝ ਚੱਲ ਰਿਹਾ ਅਤੇ ਬਾਕੀ ਰਿਸ਼ਤੇਦਾਰਾਂ ਦੀ ਐਂਟਰੀ ਸਟ੍ਰਿਕਟਲੀ ਬੈਨ ਕਰ ਦਿੱਤੀ ਗਈ ਹੈ ਸਾਲੀਆਂ ਲੈਂਬਰ ਦੀਆਂ ਅਤੇ ਉਹਦੀ ਵਾਈਫ ਨੂੰ ਸਮਝਾਇਆ ਕਿ ਅਲਟੀਮੇਟਲੀ ਤੁਹਾਡੀ ਲਾਈਫ ਤੁਹਾਡੇ ਬੱਚੇ ਔਰ ਤੁਹਾਡੀ ਹਸਬੈਂਡ ਹੀ ਨੇ ਤੁਹਾਡੀ ਦੁਨੀਆ ਜ਼ਿੰਦਗੀ ਇਹੋ ਹੀ ਹੈ ਅਤੇ ਉਹਦੀ ਵਾਈਫ ਨੇ ਐਗਰੀ ਕੀਤਾ ਉਹਨਾਂ ਨੂੰ ਵਾਰ ਵਾਰ ਆਪਾਂ ਇਹ ਵੀ ਪੁੱਛਿਆ ਕਿ ਕਿਆ ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਮੈਂ ਕਾਉਂਸਲਿੰਗ ਕਰ ਰਹੀ ਹਾਂ ਕਿ ਤਾਂ ਤੁਸੀਂ ਸਹਿਮਤ ਹੋ ਗਏ ਹੋ ਹਾਰ ਮੰਗਵਾ ਕੇ ਉਹਨਾਂ ਨੂੰ ਹਾਰ ਪੁਆਏ ਗਏ ਐਗਰੀ ਕੀਤਾ ਦੋਨਾਂ ਨੇ ਅਤੇ ਮੈਨੂੰ ਇੱਕ ਬੜਾ ਪੋਜ਼ਿਟਿਵ ਦੇਖਿਆ ਕਿ ਸ਼ਾਇਦ ਇਹ ਪਾਣੀ 'ਚ ਮਧਾਨੀ ਮਾਰੀ ਜਾ ਰਹੀ ਹੈ ਪਰਿਵਾਰ ਬਿਖਰ ਜਾਂਦਾ ਜੇ ਆਪਾਂ ਇਨਫਲੂਐਂਸ ਨਾ ਕਰਦੇ ਵਿੱਚੇ ਅਤੇ ਖੁਸ਼ੀ ਇਹ ਦੋਨਾਂ ਨੇ ਐਗਰੀ ਕੀਤਾ ਸਹਿਮਤੀ ਨਾਲ ਦੋਨਾਂ ਤੋਂ ਲਿਖਵਾ ਲਿਆ ਗਿਆ ਰਿਸ਼ਤੇਦਾਰਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਕਿ ਇੱਕ ਪਰਿਵਾਰ ਟੁੱਟੇ ਨਾ ਨਹੀਂ ਲੱਗੀ ਤਾਂ ਸਾਲੀ ਨੂੰ ਆਪਾਂ ਬੈਂਟਰੀ ਬੰਦ ਕਰਤੀ ਕੀ ਕਰ ਲੇਗੀ ਸਾਲੀ ਨੂੰ ਭੜਕਾਤਾ ਆਪਾਂ ਸਾਲੀ ਕੋਲ ਨਹੀਂ ਕੋਈ ਸਾਲੀ ਨਹੀਂ ਲੈਮਰ ਔਰ ਉਹਦੀ ਵੱਟੀ ਜ਼ਰੂਰਤ ਨਹੀਂ ਸਾਲੀ ਦੀ ਮੈਂ ਕਿਹਾ ਤੂੰ ਆਪਣੇ ਘਰ ਤੈਨੂੰ ਕੋਈ ਸ਼ਿਕਾਇਤ ਹੈ ਕਹਿੰਦੀ ਸਾਡੇ ਨਾਲ ਮਾਰ ਕੁਟਾਈ ਕੀਤੀ ਸ਼ਿਕਾਇਤ ਹੈ ਤੂੰ ਆਪਣੀ ਅਲੱਗ ਤੋਂ ਕੰਪਲੇਂਟ ਦੇ ਪਰ ਤੇਰੀ ਇਹਨਾਂ ਦੇ ਜੀਵਨ ਵਿੱਚ ਕੋਈ ਉਹ ਨਹੀਂ ਹੈ ਉਹਦੀ ਵਾਈਫ ਨੂੰ ਸਮਝਾਤਾ ਉਹਦੀ ਵਾਈਫ ਦਾ ਥੋੜ੍ਹਾ ਜਿਹਾ ਦੇਖੋ ਇੱਕ ਅਟੈਚਮੈਂਟ ਭੈਣ ਭਰਾਵਾਂ ਨਾਲ ਮੈਂ ਵੀ ਨਹੀਂ ਚਾਹੁੰਦੀ ਛੁੱਟੇ ਮੇਰੇ ਵੀ ਮੈਂ ਵੀ ਇੱਕ ਪਰਿਵਾਰ ਵਾਲੀ ਹਾਂ ਨਹੀਂ ਵੀ ਛੁੱਟਦੀ ਵੀ ਨਹੀਂ ਇਹ ਤੁਸੀਂ ਨਹੀਂ ਛੁੜਾ ਸਕਦੇ ਪਰ ਮੈਂ ਲੈਮਰ ਨੂੰ ਵੀ ਇਸ ਚੀਜ਼ ਲਈ ਕਨਵਿੰਸ ਕੀਤਾ ਉਹਨਾਂ ਦੀ ਵਾਈਫ ਨੂੰ ਛੋਟੀ